ਬਰਨਾਲਾ ਦੇ ਵੱਲੋਂ ਮਸ਼ਹੂਰ ਫਿਲਮ ਐਕਟਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਸੱਭਿਆਚਾਰਕ ਨਾਈਟ ਨੂੰ ਲੈ ਕੇ ਬਰਨਾਲਾ ਦੇ ਧਾਰਮਿਕ ਸੰਸਥਾਵਾਂ ਅਤੇ ਸਮਾਜ ਦੇ ਵੱਲੋਂ ਵਿਰੋਧ ਜਤਾਏ ਜਾਣ ਤੋਂ ਬਾਅਦ ਇੱਕ ਰੋਸ ਧਰਨਾ ਵੀ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਗਿੱਪੀ ਗਰੇਵਾਲ ਦੀ ਗਾਇਕੀ ਸਮਾਜ 'ਚ ਗੁੰਡਾਗਰਦੀ, ਨਸ਼ਾ ਅਤੇ ਸਮਾਜ ਨੂੰ ਵਿਗਾੜਨ ਵਾਲੇ ਸ਼ਬਦਾਂ ਨਾਲ ਭਰੀ ਹੋਈ ਹੈ, ਜਿਸ ਦਾ ਉਹ ਸ਼ਰੇਆਮ ਵਿਰੋਧ ਕਰ ਰਹੇ ਹਨ। ਸਾਰੇ ਭਾਵੇਂ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਹੋਈਏ, ਇੱਕ ਇਨਸਾਨੀਅਤ ਪੱਖੋਂ, ਸਮਾਜ ਪੱਖੋਂ ਅਸੀਂ ਇਹਦੇ ਨਾਲ ਡਟ ਕੇ ਖੜਾਂਗੇ। ਮੈਂ ਡੀਸੀ ਸਾਹਿਬ ਨੂੰ ਇਹੀ ਕਹਿਣਾ ਚਾਹੁੰਦਾ ਵੀ ਪੜ੍ਹੇ ਲਿਖੇ ਨੇ IAS ਨੇ, ਇਦੋਂ ਵੱਧ ਪੜ੍ਹਿਆ ਲਿਖਿਆ ਕੌਣ ਹੁੰਦਾ? ਸਾਡਾ ਜ਼ਿਲ੍ਹਾ ਬਰਨਾਲਾ ਇਹ ਪਿਛਲੇ ਸਮੇਂ ਤੋਂ ਲੈ ਕੇ ਬੜਾ ਪੀਸਫੁੱਲ ਆ, ਇੱਥੇ ਸ਼ਾਂਤੀ ਰਹਿੰਦੀ ਹੈ। ਜੇ ਇੱਥੇ ਕੋਈ ਇੱਦਾਂ ਦੀ ਗੜਬੜ ਹੋ ਗਈ ਤਾਂ ਉਹਦੇ ਨਾਲ DC ਸਾਹਿਬ ਜ਼ਿੰਮੇਵਾਰ ਹੋਣਗੇ। ਅਸੀਂ ਹੋਣ ਨਹੀਂ ਦੇਵਾਂਗੇ, ਕਿਸੇ ਵੀ ਹਾਲਤ 'ਚ ਨਹੀਂ ਹੋਣ ਦੇਵਾਂਗੇ, ਚਾਹੇ ਕੁਛ ਵੀ ਹੋ ਜਾਵੇ। ਅਸੀਂ ਚਾਹੇ 2.5 ਟੋਟਰੂ ਰਹਿ ਜਾਈਏ, ਅਸੀਂ ਹੋਣ ਨਹੀਂ ਦੇਵਾਂਗੇ। ਕਹਿਣਾ ਚਾਹੁੰਦੇ ਹਾਂ ਜੀ ਕਿ ਪਿਛਲੇ ਦਿਨਾਂ ਤੋਂ ਅਸੀਂ ਤਕਰੀਬਨ 10 ਵਾਰ ਸ਼ਹਿਰ ਦੀਆਂ ਜਿਹੜੀਆਂ ਸਾਹਿਤਕ ਜਥੇਬੰਦੀਆਂ ਨਾਲ DC ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਜਿਹੜਾ ਗਿੱਪੀ ਗਰੇਵਾਲ ਇਹਨੇ ਸਮਾਜ ਦੀ ਬਰਬਾਦੀ ਦੇ ਲਈ ਲੱਚਰ ਗਾਇਕੀ ਆ ਜਿਹੜੀ ਹੁਣ ਤੱਕ ਗਾਈ ਆ, ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਵੀ ਜੇਕਰ ਤੁਸੀਂ ਪ੍ਰੋਗਰਾਮ ਕਰਾਉਣਾ ਕਿਸੇ ਵਧੀਆ ਜਿਹੜੇ ਗਾਇਕ ਨੂੰ ਜਿਹਦਾ ਲੋਕਾਂ ਦੇ ਵਿੱਚ ਮੈਸੇਜ ਚੰਗਾ ਜਾਵੇ, ਉਹ ਸੇਧ ਲੋਕਾਂ ਨੂੰ ਚੰਗੀ ਦਿੰਦੇ ਹੋਣ, ਉਹਨਾਂ ਨੂੰ ਬੁਲਾਇਆ ਜਾਵੇ। ਪਰ ਜਿਹੜੀ ਸਾਡੀ ਗੱਲ ਆ ਉਹ ਮੰਨੀ ਨਹੀਂ ਗਈ। ਅਸੀਂ ਤਾਂ ਹੀ ਅੱਜ ਧਰਨਾ ਲਾਇਆ ਅਤੇ 16 ਤਰੀਕ ਨੂੰ ਜੇਕਰ ਸਾਡੀ ਮੰਗ ਨਾ ਮੰਨੀ ਗਈ ਤਾਂ ਅਸੀਂ 16 ਤਰੀਕ ਨੂੰ ਉਸ ਪ੍ਰੋਗਰਾਮ ਦੇ ਵਿੱਚ ਜਾ ਕੇ ਅਸੀਂ ਵਿਰੋਧ ਕਰਾਂਗੇ, ਕਿਉਂਕਿ ਪੰਜਾਬ ਸਰਕਾਰ ਇਸ ਲੱਚਰਤਾ ਨੂੰ ਰੋਕਣ ਲਈ ਉਪਰਾਲੇ ਕਰ ਰਹੀ ਆ। SSP ਪਟਿਆਲਾ ਜੀ ਨੇ, ਭੂਪਤੀ ਸਾਹਿਬ ਨੇ, ਉਹਨਾਂ ਨੇ ਕਲਾਕਾਰਾਂ ਨੂੰ ਬੁਲਾ ਕੇ ਉਹਨਾਂ ਨੂੰ ਗੰਦਾ ਗੀਤ ਗਾਉਣ ਤੋਂ ਰੋਕਿਆ। SSP ਜਲੰਧਰ ਨੇ, ਭੁੱਲਰ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਰੋਕਿਆ। ਪਰ ਇਹ ਪਤਾ ਨਹੀਂ ਕੀ ਕਾਰਨ ਆ, ਕਿਉਂਕਿ ਸਾਡੇ ਜ਼ਿਲ੍ਹੇ ਦੇ SSP ਸਾਹਿਬਾਨ ਨੇ ਪੁਸਤਕ ਮੇਲਾ ਲਾਇਆ, ਅਸੀਂ ਉਹਨਾਂ ਦੀ ਧੰਨਵਾਦ ਕਰਦੇ ਹਾਂ। ਪਰ ਦੂਜੇ ਪਾਸੇ ਸਿਵਲ ਪ੍ਰਸ਼ਾਸਨ ਆ ਜਿਹੜਾ ਉਹ ਇਸ ਲੱਚਰ ਗਾਇਕ ਨੂੰ ਬੁਲਾ ਕੇ ਜਿਹੜਾ ਲੱਚਰਤਾ ਦੀ ਖੇਡ ਸਾਡੇ ਜ਼ਿਲ੍ਹੇ 'ਚ ਖੇਡੀ ਜਾ ਰਹੀ ਆ, ਅਸੀਂ ਆਪਣੇ ਸਾਥੀਆਂ ਨਾਲ ਖੇਡਣ ਨਹੀਂ ਦੇਵਾਂਗੇ। ਜੇਕਰ ਅੱਜ ਪ੍ਰਸ਼ਾਸਨ ਜਿਹੜਾ ਸਿਵਲ ਪ੍ਰਸ਼ਾਸਨ ਆ ਇਹਨਾਂ ਦੀਆਂ ਅੱਖਾਂ ਨਾ ਖੁੱਲੀਆਂ ਤਾਂ ਅਸੀਂ ਪੂਰੇ ਸ਼ਹਿਰ ਦੇ ਪੋਸਟਰ ਆ ਜਿਹੜੇ ਉਹ ਪਾੜੇ ਜਾਣਗੇ। ਦੂਜੀ ਗੱਲ ਮੈਂ ਬੇਨਤੀ ਕਰਦਾ ਤੁਹਾਡੇ ਜ਼ਰੀਏ ਕਿ ਜੋ DC ਸਾਹਿਬ ਨੇ ਇੱਕ ਵਹੀਕਲ ਦੇ ਰਾਹੀਂ ਪ੍ਰਚਾਰ ਕੀਤਾ ਜਾ ਰਿਹਾ ਗਿੱਪੀ ਗਰੇਵਾਲ ਦਾ, ਉਹ ਬੰਦ ਕਰ ਦੇਣ, ਨਹੀਂ ਅਸੀਂ ਜਿਹੜਾ ਉਹਨਾਂ ਨੂੰ ਉਹਨਾਂ ਦੇ ਪੋਸਟਰ ਪਾੜ ਕੇ ਵਿਰੋਧ ਜ਼ਾਹਰ ਕਰਾਂਗੇ। ਮੈਂ ਸਮੂਹ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾ ਰਿਹਾ ਕਿ ਜਿਹੜੀ ਵੀ ਕਲਚਰਲ ਨਾਈਟ ਇਹ ਹੋ ਰਹੀ ਹੈ ਉਹਦੇ 'ਚ ਸਿੰਗਰ ਗਿੱਪੀ ਗਰੇਵਾਲ ਦੇ ਨਾਲ ਸਾਡੇ ਡਾਇਰੈਕਟ ਕੰਟੈਕਟ ਹੋਇਆ। ਉਹਨਾਂ ਨੂੰ ਵੀ ਅਸੀਂ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਕੋਈ ਵੀ ਗਾਣਾ ਇਹੋ ਜਿਹਾ ਨਹੀਂ ਗਾਇਆ ਜਾਣਾ ਜਿਹੜਾ ਵੀ ਸੱਭਿਆਚਾਰ ਦੇ ਆਪਣੇ ਖਿਲਾਫ ਹੋਵੇ। ਇਨਫੈਕਟ SSP ਸਾਹਿਬ ਵੱਲੋਂ ਵੀ ਇਸ ਗੱਲ ਦਾ ਧਿਆਨ ਦਿੱਤਾ ਜਾ ਰਿਹਾ। ਉਹਨਾਂ ਨੇ ਵੀ ਉਹਨਾਂ ਤੋਂ ਇੱਕ ਗਾਣੇ ਦੀ ਲਿਸਟ ਮੰਗਵਾਈ ਹੈ ਕਿ ਕਿਹੜੇ ਗਾਣੇ ਨੇ ਜਿਹੜੇ ਉਹ ਗਾਣੇ ਨਹੀਂ ਗਾ ਸਕਦੇ, ਉਹਨਾਂ ਦੀ ਵੀ ਲਿਸਟ ਜਾਰੀ ਕੀਤੀ ਜਾਊਗੀ। ਮੈਂ ਜਿਹੜੇ ਇਹ ਗਰੁੱਪਸ ਜਿਹੜੇ ਨੇ ਸਾਡੇ ਜਥੇਬੰਦੀਆਂ ਨੇ ਜਿਹੜੇ ਇਸ ਗੱਲ ਦਾ ਖਿਲਾਫ ਵਿਰੋਧ ਕਰ ਰਹੀਆਂ ਨੇ, ਮੈਂ ਉਹਨਾਂ ਨੂੰ ਵੀ ਰਿਕੁਐਸਟ ਕਰੂੰਗਾ ਕਿ ਇਹ ਕੰਮ ਜਿਹੜਾ ਹੈ ਸਿਰਫ ਰੈੱਡ ਕਰੋਸ ਲਈ ਫੰਡਸ ਇਕੱਠਾ ਕਰਨ ਲਈ ਕੀਤਾ ਜਾ ਰਿਹਾ। ਜਿੰਨਾ ਪੈਸਾ ਇਕੱਠਾ ਹੋਊਗਾ ਉਹ ਰੈੱਡ ਕਰੋਸ ਵਿੱਚ ਪਾ ਕੇ ਸਾਰੇ ਸਮਾਜ ਦੇ ਭਲਾਈ ਲਈ ਹੀ ਕੰਮ ਜਾਰੀ ਕੀਤੇ ਜਾਣਗੇ। ਦੂਜੀ ਗੱਲ, ਅਗਰ ਕੋਈ ਇਹਨਾਂ ਕੋਲ ਇਹੋ ਜਿਹੇ ਗਾਣੇ ਹੈਗੇ ਨੇ ਜਿਨ੍ਹਾਂ ਦਾ ਆਪਾਂ ਵਿਰੋਧ ਕਰ ਰਹੇ ਹਾਂ, ਉਹ ਸਾਨੂੰ ਲਿਸਟ ਦੇ ਦਿਓ, ਅਸੀਂ ਵੀ ਗਿੱਪੀ ਗਰੇਵਾਲ ਨੂੰ ਬਿਲਕੁਲ ਜਾਰੀ ਕਰ ਦਿਆਂਗੇ ਕਿ ਇਹ ਗਾਣੇ ਨਾ ਗਾਏ ਜਾਣ। ਸਾਰਿਆਂ ਦਾ ਮਿਲ ਕੇ ਹੀ ਇਹ ਕੰਮ ਕੀਤਾ ਜਾ ਰਿਹਾ। ਔਰ ਗਿੱਪੀ ਗਰੇਵਾਲ ਨੂੰ ਬੁਲਾਉਣ ਦਾ ਜਿਹੜਾ ਇਹ ਫੈਸਲਾ ਹੈ, ਰਣਜੀਤ ਬਾਵਾ ਦੀ ਨਾਈਟ ਨੂੰ ਸਕਸੈਸ ਕਰਦੇ ਹੋਏ ਦੇਖਦੇ ਹੋਏ ਹੀ ਇਹ ਫੈਸਲਾ ਲਿਆ ਗਿਆ ਕਿ ਆਪਾਂ ਇਹ ਨਾਈਟ ਕਰਾਂਗੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ 2।